ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਮੁਬਾਰਕਾਂ। ਸੋ ਜੀ ਕਈ ਕਹਿੰਦੇ ਨੇ ਜਿਹੜਾ ਪ੍ਰਸ਼ਾਦ ਉਹ ਘਰ ਦੇ ਵਿੱਚ ਠੀਕ ਨਹੀਂ ਬਣਦਾ, ਸੋ ਇਹ ਵੀਡੀਓ ਉਹਨਾਂ ਲਈ ਬਹੁਤ ਹੈਲਪਫੁੱਲ ਹੋਊਗੀ। ਸੋ ਜੀ ਆਪਾਂ ਨੂੰ ਦੇਗ ਬਣਾਉਣ ਲਈ ਚਾਹੀਦਾ ਦੇਸੀ ਘਿਓ, ਕਣਕ ਦਾ ਆਟਾ ਅਤੇ ਚੀਨੀ। ਇਹਨਾਂ ਸਾਰਿਆਂ ਨੂੰ ਆਪਣੇ ਇਕੁਅਲ ਅਮਾਊਂਟ ਦੇ ਵਿੱਚ ਰੱਖਣਾ। ਕਣਕ ਦਾ ਆਟਾ ਤੁਸੀਂ ਘਿਓ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਲੈ ਲਿਓ। ਜਿਵੇਂ ਕਿ ਤੁਹਾਡੇ ਕੋਲ ਇੱਕ ਕੌਲੀ ਆਟੇ ਦੀ ਆ ਅਤੇ ਇੱਕ ਕੌਲੀ ਚੀਨੀ ਦੀ ਆ, ਦੋ ਕੌਲੀਆਂ ਤੁਸੀਂ ਪਾਣੀ ਦੀਆਂ ਲੈਣੀਆਂ ਨੇ। ਦੇਗ ਹਮੇਸ਼ਾ ਸਿਰ ਢੱਕ ਕੇ ਅਤੇ ਸਿਮਰਨ ਕਰਦੇ ਹੋਏ ਬਣਾਈ ਜਾਂਦੀ ਆ। ਤੁਸੀਂ ਨਾਲ ਦੀ ਨਾਲ ਦੇਖੋ ਦੇਗ ਕਿਵੇਂ ਬਣਦੀ ਆ, ਅਤੇ ਆਪਾਂ ਗੱਲ ਕਰਦੇ ਹਾਂ ਵਿਸਾਖੀ ਦੇ ਇਤਿਹਾਸ ਬਾਰੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਗਰੋਂ ਗੁਰੂ ਘਰ ਦੀ ਸ਼ੋਭਾ ਦੂਰ ਦੂਰ ਤੱਕ ਫੈਲ ਗਈ। ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਹਰ ਕੋਈ ਅਨੰਦਪੁਰ ਸਾਹਿਬ ਪਹੁੰਚਣ ਲੱਗਿਆ। ਗੁਰੂ ਜੀ ਨੇ ਸਿੱਖਾਂ ਕੋਲੋਂ ਦਸਵੰਧ ਇਕੱਠੇ ਕਰਨ ਵਾਲੇ ਮਸੰਦ ਹਟਾ ਦਿੱਤੇ। ਸਿੱਖ ਸੰਗਤਾਂ ਆਪ ਆਪਣਾ ਦਸਵੰਧ ਲੈ ਕੇ ਅਨੰਦਪੁਰ ਸਾਹਿਬ ਪਹੁੰਚਣ ਲੱਗੀਆਂ। ਰਸਤੇ ਵਿੱਚ ਆਉਣ ਵਾਲੀ ਸੰਗਤਾਂ ਨੂੰ ਮੁਸਲਮਾਨਾਂ ਲੁਟੇਰੇ ਅਤੇ ਰੰਗਣਾਂ ਨੇ ਤੰਗ ਕਰਨਾ ਸ਼ੁਰੂ ਕਰਤਾ। ਰਸਤੇ ਵਿੱਚ ਲੁੱਟ ਮਾਰ ਤੋਂ ਬਚਣ ਤੋਂ ਸੰਗਤਾਂ ਨੇ ਸ਼ਸਤਰ ਰੱਖਣੇ ਸ਼ੁਰੂ ਕਰਤੇ। ਫਿਰ ਗੁਰੂ ਸਾਹਿਬ ਨੇ ਗੁਰੂ ਨਾਨਕ ਜੀ ਦੀ ਵਿਚਾਰਧਾਰਨ ਨੂੰ ਜਾਮਾ ਪਹਿਨਾਉਣ ਦਾ ਮਨ ਬਣਾ ਲਿਆ। ਗੁਰੂ ਜੀ ਨੇ ਚੰਗਾ ਸਮਾਂ ਦੇਖ ਕੇ ਸਿੱਖ ਸੰਗਤਾਂ ਨੂੰ 30 March 1699 ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਇਕੱਠਾ ਹੋਣ ਲਈ ਸੱਦੇ ਭੇਜੇ। ਆਸਾ ਦੀ ਵਾਰ ਦਾ ਪਾਠ ਹੋਣ ਤੋਂ ਬਾਅਦ ਗੁਰੂ ਜੀ ਇੱਕ ਚਮਕਦੀ ਤਲਵਾਰ ਲੈ ਕੇ ਹਾਜ਼ਰ ਹੋਏ। ਉਹ ਚਮਕਦੀ ਤਲਵਾਰ ਦਿਖਾਉਂਦੇ ਵੇਲੇ ਉਹ ਕਹਿੰਦੇ, ਸਾਨੂੰ ਇੱਕ ਸਿਰ ਦੀ ਲੋੜ ਆ। ਹੈ ਕੋਈ ਸਿੱਖ ਜੋ ਜਿਹੜਾ ਆਪਣੇ ਗੁਰੂ ਨੂੰ ਸੀਸ ਭੇਂਟ ਕਰ ਸਕੇ? ਗੁਰੂ ਜੀ ਦੇ ਹੱਥ ਵਿੱਚ ਖੁੱਲ੍ਹੀ ਤਲਵਾਰ ਦੇਖ ਕੇ ਅਤੇ ਸੀਸ ਦੇ ਮੰਗ ਦੇ ਕਾਰਨ ਸਾਰੀ ਸੰਗਤ ਚੁੱਪ ਹੋ ਗਈ। ਤੀਸਰੀ ਵਾਰ ਆਵਾਜ਼ ਦੇਣ ਤੋਂ ਬਾਅਦ ਭਾਈ ਦਇਆ ਰਾਮ ਖੜ੍ਹੇ ਹੋ ਗਏ। ਗੁਰੂ ਜੀ ਉਹਨਾਂ ਨੂੰ ਬਾਂਹ ਤੋਂ ਫੜ ਕੇ ਤੰਬੂ ਵਿੱਚ ਲੈ ਗਏ। ਸੰਗਤ ਨੂੰ ਤੰਬੂ ਵਿੱਚੋਂ ਐਸੀ ਆਵਾਜ਼ ਆਏ ਕਿ ਜਿਵੇਂ ਗੁਰੂ ਸਾਹਿਬ ਨੇ ਧਰ ਨਾਲੋਂ ਸਿਰ ਅਲੱਗ ਕਰ ਦਿੱਤਾ ਹੋਵੇ। ਗੁਰੂ ਜੀ ਨੇ ਦੀਵਾਨ 'ਚੋਂ ਹਾਜ਼ਰ ਹੋ ਕੇ ਇੱਕ ਹੋਰ ਸਿਰ ਮੰਗਿਆ। ਇਸ ਵਾਰ ਧਰਮਦਾਸ ਜੀ ਨੇ ਆਪਣਾ ਸਿਰ ਭੇਂਟ ਕੀਤਾ। ਇਸ ਤਰ੍ਹਾਂ ਤਿੰਨ ਹੋਰ ਸਿੱਖ, ਭਾਈ ਹਿੰਮਤ ਰਾਏ, ਭਾਈ ਮੋਕਮ ਚੰਦ ਛਿੰਬੇ ਅਤੇ ਭਾਈ ਸਾਹਿਬ ਚੰਦ ਨੇ ਆਪਣੇ ਸਿਰ ਦਿੱਤੇ। ਪੰਜਾਂ ਸਿੱਖਾਂ ਦੇ ਸੀਸ ਭੇਂਟ ਕਰਨ ਦੇ ਪਿੱਛੋਂ ਗੁਰੂ ਜੀ ਨੇ ਉਹਨਾਂ ਨੂੰ ਤੰਬੂ 'ਚੋਂ ਬਾਹਰ ਲਿਆ ਕੇ ਦੀਵਾਨ ਵਿੱਚ ਸ਼ਾਮਲ ਕੀਤਾ। ਜਿਹੜੇ ਪੂਰੇ ਸਜੇ ਹੋਏ ਸਿੰਘ ਸਨ, ਹੁਣ ਉਹ ਪੰਜ ਪਿਆਰੇ ਸਨ ਜਿਨ੍ਹਾਂ ਨੇ ਗੁਰੂ ਜੀ ਨੂੰ ਆਪਣੇ ਸੀਸ ਭੇਂਟ ਕੀਤੇ ਸਨ। ਹੁਣ ਗੁਰੂ ਜੀ ਨੇ ਲੋਹੇ ਦੇ ਬਾਟੇ ਦੇ ਵਿੱਚ ਸਤਲੁਜ ਦਾ ਪਾਣੀ ਅਤੇ ਪਤਾਸੇ ਪਾਏ। ਹੁਣ ਗੁਰੂ ਜੀ ਅਤੇ ਪੰਜ ਪਿਆਰੇ ਉਸ ਬਾਟੇ ਦੇ ਆਲੇ ਦੁਆਲੇ ਬਹਿ ਗਏ। ਹੁਣ ਗੁਰੂ ਜੀ ਨੇ ਖੰਡਾ ਲੈ ਕੇ ਉਸ ਬਾਟੇ ਦੇ ਜਲ ਨੂੰ ਹਿਲਾਉਣਾ ਸ਼ੁਰੂ ਕੀਤਾ ਅਤੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਤਾ। ਹੁਣ ਪਾਠ ਦਾ ਭੋਗ ਪੈਣ ਤੋਂ ਮਗਰੋਂ ਗੁਰੂ ਜੀ ਨੇ ਕਿਹਾ, ਖਾਲਸਾ ਤਿਆਰ ਕੀਤਾ ਜਾਵੇਗਾ ਅਤੇ ਖਾਲਸਾ ਗੁਰੂ ਦੀ ਫੌਜ ਹੋਵੇਗੀ। ਅਤੇ ਬਾਣੀ ਨਾਲ ਤਿਆਰ ਕੀਤਾ ਗਿਆ ਖੰਡੇ ਦਾ ਪਹੁਲ, ਪੰਜਾਂ ਪਿਆਰਿਆਂ ਨੂੰ ਛਕਾਇਆ ਗਿਆ। ਪੰਜਾਂ ਪਿਆਰਿਆਂ ਨੂੰ ਪਹੁਲ ਛਕਾਉਣ ਤੋਂ ਬਾਅਦ ਖਾਲਸਾ ਦੀ ਸਾਜਨਾ ਹੋ ਗਈ। ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ ਵੀ ਉਹਨਾਂ ਨੂੰ ਵੀ ਪਹੁਲ ਛਕਾ ਕੇ ਖਾਲਸਾ ਬਣਾਇਆ ਜਾਵੇ। ਹੁਣ ਗੋਬਿੰਦ ਰਾਏ ਖੰਡੇ ਦੀ ਪਹੁਲ ਛੱਕ ਕੇ ਗੋਬਿੰਦ ਸਿੰਘ ਜੀ ਬਣੇ। ਗੁਰੂ ਜੀ ਨੇ ਸਿੱਖਾਂ ਨੂੰ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਅਤੇ ਬੀਬੀਆਂ ਨੂੰ ਕੌਰ ਦੀ ਪਦਵੀ ਦਿੱਤੀ ਗਈ। ਇਸ ਤਰ੍ਹਾਂ ਸਿੱਖਾਂ ਵਿੱਚੋਂ ਊਚ ਨੀਚ ਖਤਮ ਹੋ ਗਈ। ਗੁਰੂ ਜੀ ਨੇ ਸਿੱਖਾਂ ਨੂੰ ਪੰਜ ਕਕਾਰ, ਕੰਘਾ, ਕੜਾ, ਕੇਸ, ਕਿਰਪਾਨ ਅਤੇ ਕਛਹਿਰਾ
अपने तन नाल सजा के रखन दा आदेश दिता। खालसे नूं संत सिपाही बना दिता। ते लो जी अपनी देख बन के भी तैयार आ। तुसी भी छको ते अपनी फैमिली नूं भी छकाओ, क्योंकि सिख धर्म दे विच आदेश है जी नाम जपो, किरत करो ते वंड छको। ते जिन्हां ने मेरे चैनल नूं सबसक्राइब नहीं किया प्लीज़ कर लो, ते जेड़े मेरे चैनल ते नवे आए ने ते सबसक्राइब किया होया उन्हां दा बहुत बहुत थैंक यू। वाहेगुरू जी का खालसा, वाहेगुरू जी की फतेह।